ਸਿਮਰਨ ਤੁਹਾਨੂੰ ਕੋਈ ਨੂਰਜਹਾਂ ਜੀ ਦਾ ਆਉਂਦਾ ਗਾਣਾ ਕੋਈ? ਹਾਂਜੀ ਸਰ। ਚੰਗੀ ਤਰ੍ਹਾਂ ਆਉਂਦਾ? ਹਾਂਜੀ। ਪੱਕਾ? ਹਾਂਜੀ। ਚਲੋ ਜਿਹੜਾ ਚੰਗੀ ਤਰ੍ਹਾਂ ਆਉਂਦਾ ਫਿਰ ਇਹੀ ਸੁਣਾ ਦਿਓ। ਠੀਕ ਹੈ, ਗੁੱਡ ਲੱਕ ਬੇਟਾ। ਮਿਰਚੀ ਸਿਮਰਨ, ਮੇਰੇ ਰੌਂਗਟੇ ਖੜੇ ਹੋ ਗਏ। ਕਿਆ ਗਾਇਆ ਤੁਸੀਂ? ਓ ਦੇਖੋ ਜੀ, ਉਹਨਾਂ ਦੀ ਕੁਰਸੀ ਵੀ ਖੜੀ ਹੋ ਗਈ। ਇੱਥੇ ਰਹਿਣਾ ਪੈਣਾ। ਓਏ ਹੋਏ, ਕਿਆ ਬਾਤ ਜੀ, ਵਾਕਈ ਇਹ ਐਂਡ ਹੋ ਗਿਆ ਅੱਜ। ਕਮਾਲ ਹੋ ਗਿਆ ਅੱਜ, ਕਮਾਲ। ਹੁਣ ਕੀ ਕਹੀਏ ਅਸੀਂ ਭਾਅ ਜੀ? ਇਸ ਤੋਂ ਉੱਪਰ ਕੁਛ ਹੋ ਨਹੀਂ ਸਕਦਾ। ਮੈਂ ਇੱਕ ਇੱਕ ਗੱਲ ਸਿਰਫ ਇੱਥੇ ਕਹਿਣੀ ਚਾਹੂੰਗਾ, ਜੋ ਸਾਡੇ ਵੱਡੇ ਜੋ ਸੀਨੀਅਰਸ ਵਾਲੇ ਸ਼ੋਅ 'ਚ ਕੰਟੈਸਟੈਂਟਸ ਆਉਂਦੇ ਆ, ਜੋ ਵੋਇਸ ਆਫ ਪੰਜਾਬ ਸੀਨੀਅਰਸ ਵਾਲਾ, ਅਤੇ ਜੋ ਅੱਗੇ ਹੁਣ ਅਗਲੇ ਸੀਜ਼ਨ 'ਚ ਪਾਰਟੀਸਿਪੇਟ ਕਰਨਗੇ, ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹਨਾਂ ਬੱਚਿਆਂ ਨੂੰ ਸੁਣੋ, ਇਹਨਾਂ ਤੋਂ ਸਿੱਖੋ, ਇਹਨਾਂ ਤੋਂ ਸਿੱਖ ਕੇ ਇਹਨਾਂ ਦੀ ਸਪਿਰਿਟ ਨੂੰ ਫੋਲੋ ਕਰਕੇ ਇੱਥੇ ਆਡੀਸ਼ਨ ਦੇਣ ਆਇਓ। ਐਂਡ ਕਰਤਾ ਤੂੰ ਕੁੜੀਏ, ਹੁਣ ਉੱਧਰ ਆਈਏ, ਇੱਧਰ ਬੈਠੀਏ, ਸਮਝ ਨਹੀਂ ਲੱਗਦੀ ਗੱਲ। ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਚਿੱਟੂ ਭਾਅ ਜੀ, ਇੱਦਾਂ ਦਾ ਗਾਣਾ ਕਈ ਵਾਰੀ ਸਿੱਖੇ 'ਤੇ ਵੀ ਨਹੀਂ ਆਉਂਦਾ ਬੇਟਾ। ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ, ਇੱਦਾਂ ਦਾ ਗਾਣਾ ਆਦਮੀ ਨਹੀਂ ਗਾ ਸਕਦਾ ਜਿੰਨਾ ਵਧੀਆ ਬੇਟਾ ਤੁਸੀਂ ਗਾਇਆ। ਇਹ ਵਾਕਈ ਗੱਲ ਸਹੀ ਹੈ ਕਿ ਇਹ ਮੁਸ਼ਕਿਲ ਕੰਪੋਜੀਸ਼ਨਸ ਨੇ, ਔਰ ਇਹਨਾਂ ਨੂੰ ਗਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜੰਗ ਜਿੱਤਣ ਵਾਲਾ ਮਸਲਾ ਹੁੰਦਾ। ਲੇਕਿਨ ਇਹਦੇ ਵਿੱਚ ਇਹ ਮੇਰੀ ਸਾਰੀ ਟੀਮ ਦਾ ਐਡਾ ਵੱਡਾ ਹੱਥ ਹੈ ਕਿ ਬੱਚੇ ਦੀ ਇੱਕ ਇੱਕ ਚੀਜ਼ ਜਦ ਤੱਕ ਕਰੈਕਟ ਨਹੀਂ ਨਾ ਹੁੰਦੀ, ਮੈਨੂੰ ਵੀ ਕਈ ਵਾਰੀ ਕਹਿ ਦਿੰਦਾ ਨਹੀਂ ਭਾਅ ਜੀ ਮਜ਼ਾ ਨਹੀਂ ਆਇਆ, ਦੁਬਾਰਾ ਇੱਕ ਵਾਰੀ ਹੋਰ ਕਰ ਲਈਏ ਦੁਬਾਰਾ। ਮਤਲਬ ਲੋਕ ਨੇ ਸਾਰੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ। ਬਹੁਤ ਅੱਛੇ ਬੇਟਾ, ਬਸ ਬਟ ਇਹ ਤਾਰੀਫ ਜਿਹੜੀ ਹੈ ਨਾ, ਇੱਥੇ ਨਹੀਂ ਆਉਣੀ ਚਾਹੀਦੀ। ਠੀਕ ਹੈ, ਹਾਂ, ਖੁਸ਼ ਰਹੋ। ਅਮੇਜ਼ਿੰਗ, ਜ਼ੋਰਦਾਰ ਤਾੜੀਆਂ ਜੀ ਸਾਡੀ ਮਿਰਚੀ ਸਿਮਰਨ ਵਾਸਤੇ।